ਪਾਕਾਂ ਕੋਲੋਂ ਖੈਰਾਤ ਲੈ ਕੇ ਉਹਨਾਂ ਦੇ ਫਰਮਾਨ ਜਿਹੜੇ ਉਹਨਾਂ ਦੇ ਤਰਜਮੇ ਕਰਕੇ ਜਨਾਬ ਨੂੰ ਹਦੀਆ ਕਰੇ ਨਾ। ਨਮਾਜ਼ ਹੁਸੈਨ ਤੋਂ ਜੁਦਾ ਨਹੀਂ, ਹੁਸੈਨ ਨਮਾਜ਼ ਤੋਂ ਜੁਦਾ ਨਹੀਂ। ਨਮਾਜ਼ ਇਬਾਦਤ ਖੁਦਾ, ਹੁਸੈਨ ਹੁਜਤ ਖੁਦਾ। ਅਗਰ ਹੁਸੈਨ ਦਾ ਬੋਗਜ ਸੀਨੇ ਚ ਹੋਵੇ ਅੱਲਾ ਨਮਾਜ਼ ਕਬੂਲ ਨਹੀਂ ਕਰੇਂਦਾ। ਅਗਰ ਨਮਾਜ਼ ਦਾ ਮੁਨਕਿਰ ਹੋਵੇ ਹੁਸੈਨ ਆਜ਼ਾਦਾਰੀ ਦਾ ਕਬੂਲ ਨਹੀਂ ਕਰੇਂਦਾ। ਫਿਰ ਅੱਲਾ ਦੀ ਕਾਇਨਾਤ ਜਿਹੜੀ ਸੋਹਣੀ ਨਮਾਜ਼ ਤੇਰੀ ਹੈ, ਤਵਜੋ ਫਰਮਾ, ਜਿਹੜੀ ਸੋਹਣੀ ਨਮਾਜ਼ ਅਲੀ ਉਨ ਵਲੀਉੱਲਾ ਪੜ੍ਹਨ ਵਾਲੇ ਦੀ ਹੈ, ਐਸੀ ਨਮਾਜ਼ ਕਿਸੇ ਕੋਲ ਹੈ ਹੀ ਕੋਈ ਨਾ। ਕਿਵੇਂ? ਤੇਰੀ ਨਮਾਜ਼ ਵਾਸਤੇ ਜ਼ਰੂਰੀ ਚੀਜ਼ਾਂ ਮੁਸੱਲਾ, ਬਦਨ ਪਾਕ, ਜ਼ਿਹਨ ਪਾਕ, ਲਿਬਾਸ ਪਾਕ, ਮੁਸੱਲਾ ਆਪਣੀ ਤਰਫੋਂ ਸਾਰੇ ਤਮਾਮ ਕਰੇਂਦੇ ਨੇ। ਇੱਕ ਉਹ ਸ਼ੈ ਜਿਹੜੀ ਤੇਰੀ ਨਮਾਜ਼ ਵਿੱਚ ਹੈ, ਬਾਕੀਆਂ ਦੀ ਨਮਾਜ਼ ਵਿੱਚ ਕੋਈ ਨਹੀਂ। ਤੇਰੀ ਨਮਾਜ਼ ਦੀ ਖੂਬਸੂਰਤੀ ਇਹ ਜੋ ਤੇਰੇ ਮੁਸੱਲੇ ਦੇ ਉੱਤੇ ਕਰਬਲਾ ਦੀ ਸ਼ਕਲ ਵਿੱਚ ਖਾਕੇ ਸ਼ਿਫਾ ਮੌਜੂਦ ਹੈ। ਖਾਕੇ ਸ਼ਿਫਾ ਕੀ ਹੈ ਬੋਲੋ ਨਾ? ਕਰਬਲਾ ਦਾ ਟੁਕੜਾ ਇੰਜੀ ਹੈ ਖਾਕੇ ਸ਼ਿਫਾ। ਸਜਦਾ ਗਾਹ ਖਾਕੇ ਸ਼ਿਫਾ ਕਿਆ ਹੈ? ਓਏ ਹਾਂ ਨਾ ਤੇ ਕਰੋ, ਕਰਬਲਾ ਦਾ ਟੁਕੜਾ। ਅੱਲਾ ਦੀ ਕਾਇਨਾਤ ਵਿੱਚ ਕੋਈ ਐਸਾ ਨਮਾਜ਼ੀ ਦਿਖਾ ਜਿਹਦੇ ਮੁਸੱਲੇ ਤੇ ਕਰਬਲਾ ਹੋਵੇ, ਜਿਹਦੀ ਇਬਾਦਤ ਵਿੱਚ ਖੁਦਾ ਹੋਵੇ। ਫਿਰ ਮੈਂ ਹੈਰਾਨ ਹਾਂ ਆਪਣੇ ਅਕੀਦੇ ਨੂੰ ਪੁਖਤਾ ਨਾ ਕਰਨ ਵਾਲੇ ਤੇ, ਜਿਹੜਾ ਤੜਫਦਾ ਜੋ ਮੇਰਾ ਅੱਲਾ ਮੈਂ ਕਰਬਲਾ ਦੀ ਜ਼ਿਆਰਤ ਕਰਾ, ਲੇਕਿਨ ਅਗਰ ਕਰਬਲਾ ਉਸਦੇ ਘਰ ਵਿੱਚ ਆਵੇ ਤਾਂ ਉਹ ਜ਼ਿਆਰਤ ਨਹੀਂ ਕਰੇਂਦਾ। ਜ਼ਿਆਰਤ ਸਿਰਫ ਇਹ ਨਹੀਂ ਜੋ ਬੰਦਾ ਕਰਬਲਾ ਵਿੱਚ ਵੰਜ ਕੇ ਰੋਜ਼ਾ ਇਮਾਮ ਹੁਸੈਨ ਦੇਖੇ, ਬੇਸ਼ੱਕ ਅਫਜ਼ਲ ਤਰੀਨ ਜ਼ਿਆਰਤ ਦੀ ਸ਼ਕਲ ਇਹ ਹੈ, ਲੇਕਿਨ ਜਿਹਦੇ ਕੋਲ ਪੈਸੇ ਨਾ ਹੋਵੇ, ਜਿਹੜਾ ਨਾ ਵੰਜ ਸਕਦਾ ਹੋਵੇ, ਨਯਾ ਦਾ ਕਿਹੜਾ ਵੱਡਾ ਅਹਿਸਾਨ ਹੈ ਖੁਦਾ ਦਾ ਜੋ ਉਹ ਕਰਬਲਾ ਤੇਰੇ ਮੁਸੱਲੇ ਤੇ ਪਹੁੰਚਾ ਛੋੜੀਏ। ਨਹੀਂ ਇਸ ਤੋਂ ਵੱਡੀ ਗੱਲ ਕੀਤੀ ਮੰਜਾ। ਕਰਬਲਾ ਸਿਰਫ ਜ਼ਮੀਨ ਦੇ ਟੁਕੜੇ ਦਾ ਨਾਂ ਨਹੀਂ। ਮੈਂ ਜ਼ਿੰਮੇਦਾਰੀ ਨਾਲ ਆਦਾਂ, ਮੈਂ ਕਦੀ ਚੈਲੇਂਜ ਨਹੀਂ ਕੀਤੇ, ਲੇਕਿਨ ਇਸ ਮਾਮਲੇ ਚੈਲੇਂਜ ਕਰੇਂਦਾ ਜੋ ਕਰਬਲਾ ਜ਼ਮੀਨ ਦਾ ਟੁਕੜਾ ਨਹੀਂ, ਕਰਬਲਾ ਜੰਨਤ ਦਾ ਟੁਕੜਾ ਹੈ। ਕਰਬਲਾ ਜੰਨਤ ਦਾ ਟੁਕੜਾ ਹੈ, ਕਰਬਲਾ ਜੰਨਤ ਦਾ ਟੁਕੜਾ ਹੈ, ਕਰਬਲਾ ਜੰਨਤ ਦਾ ਟੁਕੜਾ ਹੈ। ਇਹ ਖਾਕੇ ਸ਼ਿਫਾ ਕਿਆ ਹੈ ਜਿਹੜੀ ਤੇਰੇ ਮੁਸੱਲੇ ਤੇ ਸਜਦਾ ਗਾਹ ਹੈ? ਖਾਕੇ ਸ਼ਿਫਾ ਹੈ, ਇਹ ਜੰਨਤ ਦਾ ਟੁਕੜਾ ਹੈ। ਤਵੱਜੋ ਕਰ, ਤਵੱਜੋ ਕਰ, ਤਵੱਜੋ ਕਰ। ਅੱਲਾ ਦੀ ਕਾਇਨਾਤ ਵਿੱਚ ਸਲਾਮ ਐਸੇ ਇਬਾਦਤ ਗੁਜ਼ਾਰ ਤੇ ਜਿਹੜਾ ਮੁਸੱਲੇ ਤੇ ਖੜ ਕੇ ਜਿਹਦੀ ਨਿਗਾਹ ਜੰਨਤ ਤੇ ਹੈ, ਇਬਾਦਤ ਖੁਦਾ ਦੀ ਹੈ। ਇਹ ਲਜਪਾਲੀ ਸਾਦਾਤ ਦੀ ਜੋ ਪਹਿਲੇ ਤਿੰਨ ਕਰਬਲਾ ਦੀ ਸ਼ਕਲ ਜੰਨਤ ਦਿੱਤੀ ਨੇ, ਪਿੱਛੇ ਆਖਿਆ ਨੇ ਇਸੇ ਜੰਨਤ ਦਾ ਬਦਲਾ ਸਜਦਾ ਕਰ, ਜੋ ਜੰਨਤ ਦੇਵਣ ਵਾਲਾ ਉਹ ਹੀ ਜਿਹਨਾਂ ਆਲੇ ਮੁਹੰਮਦ ਦੇ ਸਦਕੇ ਤੈਨ ਜੰਨਤ ਦਾ ਹੱਕਦਾਰ ਬਣਾਏ। ਉਹ ਇਸ ਇਲਾਕਿਆਂ ਲਿਓ, ਉਹ ਮੋਮਿਨੀਨ, ਉਹ ਜਵਾਨੋ, ਮਕਸਦ ਵਿਲਾਇਤ ਅਲੀ ਸਮਝੋ। ਵਿਲਾਇਤ ਅਲੀ ਇੱਕ ਸੱਤਰ ਨਹੀਂ, ਵਿਲਾਇਤ ਅਲੀ ਇੱਕ ਲਫ਼ਜ਼ ਨਹੀਂ, ਵਿਲਾਇਤ ਅਲੀ ਪੂਰੇ ਦੇ ਪੂਰੇ ਮਕਤਬ ਦਾ ਨਾਂ ਹੈ। ਵਿਲਾਇਤ ਅਲੀ ਇਸਲਾਮ ਦੀ ਸਹੀ ਸੂਰਤ ਦਾ ਨਾਮ ਹੈ। ਵਿਲਾਇਤ ਅਲੀ ਪੈਗਾਮ ਮੁਸਤਫਾ ਦਾ ਨਾਂ ਹੈ। ਵਿਲਾਇਤ ਅਲੀ ਅੱਲਾਹ ਦੇ ਫੈਸਲੇ ਦਾ ਨਾਂ ਹੈ। ਵਿਲਾਇਤ ਅਲੀ ਨਬੀ ਦੇ ਐਲਾਨ ਦਾ ਨਾਂ ਹੈ। ਵਿਲਾਇਤ ਅਲੀ ਜਹੰਨਮ ਤੋਂ ਆਜ਼ਾਦੀ ਦਾ ਨਾਂ ਹੈ। ਵਿਲਾਇਤ ਅਲੀ ਜੰਨਤ ਵਿੱਚ ਦਾਖਲੇ ਦਾ ਨਾਂ ਹੈ।
ولایت علی دا مطلب ہے نہیں جو بندہ علی ان ولی اللہ پڑھے تے ہر حرام حلال ہو ونجے ہر واجب ساکت ہو ونجے اے کوئی فائدہ نہیں میں آدھا ہونا ولایت علی جڑا رکھ دے ولایت علی والا چور نہیں ہوندا ولایت علی والا بدماش نہیں ہوندا ولایت علی والا شرابی نہیں ہوندا ولایت علی والا زانی نہیں ہوندا ولایت علی والا سود خور نہیں ہوندا ولایت علی والا رشوت خور نہیں ہوندا ولایت علی والا نمازی ہوندا ہے ولایت علی والا روزہ دار ہوندا ہے ولایت علی والا والدین دا تابے دار ہوندا ہے ولایت علی والا واجب ادا کریں دے ولایت علی والا حرام تو بچ دے ولایت علی ہووے دنیا اچ عزت مل دیئے آخرت اچ جنت مل دیئے میں اس بندے دے عقیدے تے اس ویلے شک ہو ویندے جڑا علی ان ولی اللہ بھی پڑھ دے تے شراب بھی پین دے فیصلہ کر یا علی ان ولی اللہ چھوڑ دے یا شراب چھوڑ دے میں اس مستور دے عقیدے تے شک ہو ویندے جڑی علی ان ولی اللہ بھی پڑھ دیے بغیر پردے تے گھروں باہر بھی آن دیے میں اس بندے دے عقیدے تے بھی حیران اور پریشان ہوندا جڑا علی ان ولی اللہ پڑھ دے تے اللہ دی بارگاہ اچ سجدہ ریز نہیں ہوندا خیال کریں اللہ دے باغی دنا شیعہ نہیں اللہ دے متی دنا شیعہ ہے جو 14 دے 14 محمد مصطفیٰ تو لے کے محمد مہدی تائیں اے 14 دے 14 اپنی ذات منواون نہیں آئے اپنا خدا منواون آئے تیرے کل انعامات ہیں تیرے کول اللہ دے احسانات ہیں تین غلط راہ تے ٹورا گئے تو آ واپس والا علی ان ولی اللہ پڑھ نالے دی پیشانی دے وچ اللہ ایک نور رکھے اس نور دے وچ اس ویلے اضافہ ہوندا ہے جس ویلے اللہ دی بارگاہ وچ سجدہ ریز ہو کے ہولے ہولے پڑھدا پیا ہوندا ہے سبحان ربی الاعلی و بحمدہ معاشرہ لینی علی والے اپنے نا تو نہ پہچانے ویسے میدان معاشر علی ان ولی اللہ پڑھن والے اپنے نام تو نہ پہچانے ویسن ذات تو نہ پہچانے ویسن جو اے سیدے اے چاوانے اے خانے اے بوسنے اے بلوچے نا معصوم فرمین دین معاشر دے میدانے جس ویلے علی والے جمع حسین انہاں دی پہچانی دا نور دسے سی جو اے محمد و آل محمد دے تابے دار ہیں اس نور دی وجہ تو علیحدہ حسین اے ولایت علی دا نور محبت اہل بیت دا نور اس ویلے ختم ہو ویندے جلے پیشانی سجدے چنا ونجے زبان سبحان رب العلا و بحمد ہی نہ پڑھے مالک زندگیاں دینے مالک صحتاں دینے کریم کوئی غم نہ دینے آخری جملہ آکھاں حسرت آل محمد دی شیعہ تو نا کونو لنا زینا ولا تکونو لنا شینا او ساڑے منن آلا ساڑے کیتے باعث سے زینت بنے باعث سے شرمندگی نہ بنے ہر کوئی آپ فیصلہ کرے جو میرا کام جڑے میں دیں رات کرے نا اے آل محمد واسطے باعث سے زینت ہیں یا باعث سے شرمندگی ہیں میں آدھا ہونا جی میں تین چنگا نہیں لگ دا جو تیڑا امام شیخہ نال رل دا ہوئے ایمیں آل محمد نو چنگا نہیں لگ دا جو ساڑے منن آلا فاسق تے فاجر نظر آوے فرمین دن ساڑے منن آلا سخی ہوئے ساڑے منن آلا زکاة دے من والا ہوئے ساڑے منن آلا بسم اللہ کران خان صاحب ساڑے منن آلا خمس دا پابند ہوئے ساڑے منن آلا شریف ہوئے ساڑے منن آلے دی نگاہ اچ حیاء ہوئے ساڑے منن آلا دنیا دا حریص نہ ہوئے بسم اللہ کرو ساڑے منن آلا زمانے دے وچ نیک نام ہوئے
ਸਾਡੇ ਮੰਨਣ ਵਾਲੇ ਨੂੰ ਲੋਕ ਮਿਸਾਲ ਦੇ ਕੇ ਪੇਸ਼ ਕਰਨ। ਅਗਰ ਅਮੀਨ ਦੀ ਤਲਾਸ਼ ਹੋਵੇ ਤਾਂ ਲੋਕ ਸ਼ੀਆ ਦੇ ਘਰ ਤੋਂ ਇਸ਼ਾਰਾ ਕਰਕੇ ਆਖਣ ਅਮਾਨਤਦਾਰ ਹੈ। ਅਗਰ ਇਨਸਾਨ 'ਤੇ ਫਖਰ ਕਰਨਾ ਪੈ ਵੰਜੇ ਜੋ ਇਸ ਵਸੇਬ ਦੇ ਵਿੱਚ ਚੰਗਾ ਬੰਦਾ ਕਿਹੜਾ ਹੈ, ਅਲੀ ਫਰਮੈਂਦੇ ਉਹ ਮਿਸਾਲ ਦੇਵਣ ਵਾਲਾ ਤੈਡੀ ਮਿਸਾਲ ਦੇ ਕੇ ਆਖੇ ਜੋ ਅਲੀ ਦੇ ਮੰਨਣ ਵਾਲਾ ਚੰਗਾ ਬੰਦਾ ਹੈ। ਵਿਲਾਇਤ ਅਲੀ ਤੇਰੇ ਦੀਨ ਦਾ ਤਹੱਫੁਜ਼ ਦਾ ਨਾਂ ਹੈ, ਤੇਰੇ ਦੀਨ 'ਚ ਫਿਤਨੇ ਦਾ ਨਾਂ ਨਹੀਂ। ਫਿਰ ਅਕੀਦੇ 'ਤੇ ਪੱਕਾ ਹੋ ਵੰਜ, ਕਿਹੜਾ ਅਕੀਦਾ? ਲਾ ਇਲਾਹਾ ਇਲਾਲਾ ਮੁਹੰਮਦੁਰ ਰਸੂਲੁੱਲਾਹ ਅਲੀਯੁਨ ਵਲੀਯੁੱਲਾਹ। ਲਾ ਇਲਾਹਾ ਇਲਾਲਾ, ਉਹਦੇ ਸਿਵਾ ਕੋਈ ਲਾਇਕ ਇਬਾਦਤ ਨਹੀਂ। ਜਿਹੜਾ ਲਾਇਕ ਇਬਾਦਤ ਹੈ ਉਹ ਅੱਲਾਹ ਹੈ, ਮੁਹੰਮਦ ਮੁਸਤਫਾ ਅੱਲਾਹ ਦੇ ਰਸੂਲ ਹਨ। ਅਲੀਯੁਨ ਵਲੀਯੁੱਲਾਹ, ਅਲੀ ਕਾਇਨਾਤ ਦੇ ਵਿੱਚ ਹੁਜਤ ਖੁਦਾ ਹੈ, ਜਾਂ ਨਸੀਨ ਮੁਸਤਫਾ ਹੈ। ਇਸ ਇਲਾਕੇ ਵਾਲਿਓ ਚਾਰ ਅਜ਼ਾਨਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਨੂੰ ਸੁਣ ਕੇ ਨਬੀ ਦੀਆਂ ਧੀਆਂ ਉੱਚਾ ਰੋਂਦੀਆਂ। ਮੈਂ ਬਿਸਮਿਲ੍ਲਾ ਕਰਾਂ, ਇਨਸ਼ਾਅੱਲਾ ਵਸਦੇ ਰਹੋ। ਨਮਾਜ਼ ਪੜ੍ਹੀ ਬੈਠੇ ਹੋ, ਅਜ਼ਾਨ ਸੁਣੀ ਬੈਠੇ ਹੋ, ਮੇਰਾ ਦਿਲ ਆ ਦੇ ਮੈਂ ਅਜ਼ਾਨ ਦੇ ਉਨਵਾਨ ਨਾਲ ਦੱਸਾਵਾਂ। ਚਾਰ ਅਜ਼ਾਨਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਨੂੰ ਸੁਣ ਕੇ ਨਬੀ ਦੀਆਂ ਧੀਆਂ ਉੱਚਾ ਰੋਂਦੀਆਂ। ਵੈਸੇ ਤਾਂ ਸ਼ਰੀਅਤ ਦਾ ਮਸਲਾ ਨਾ, ਆਜ਼ਾਨ ਦੇ ਨਾਲ ਨਾਲ ਆਜ਼ਾਨ ਪੜ੍ਹੋ, ਕੋਈ ਮਜਬੂਰੀ ਤਾਂ ਹੈ ਨਾ। ਸਹੀ ਆਜ਼ਾਦੀਆਂ ਜਿਹੜੀਆਂ ਉੱਚਾ ਰੋ ਪਈਆਂ ਉਹ ਮਜਬੂਰੀ ਦੱਸੈ ਨਾ। ਪਹਿਲੀ ਪਹਿਲੀ ਆਜ਼ਾਨ ਆਈਏ ਮਦੀਨੇ, ਆਜ਼ਾਨ ਦੇਵਣ ਵਾਲਾ ਬਿਲਾਲ ਏ, ਸੁਣਨ ਵਾਲੀ ਜ਼ਹਰਾ ਏ। ਉਸ ਵੇਲੇ ਆਜ਼ਾਨ ਦਿੱਤੀ ਇਸ ਜਿਲੇ ਜ਼ਹਰਾ ਉੱਜੜ ਗਈ ਏ। ਬਿਲਾਲ ਮਦੀਨਾ ਛੋੜ ਕੇ ਟੁਰ ਗਿਆ, ਆਦੇ ਆਲਮ ਖਾਬ ਵਿੱਚ ਡਿੱਠੇ ਅੱਲਾਹ ਦੇ ਨਬੀ ਦੀਆਂ ਜ਼ੁਲਫਾਂ ਖੁੱਲੀਆਂ ਹੋਈਆਂ। ਰੋ ਕੇ ਆਦੇ ਬਿਲਾਲ, ਸਾਰੀ ਦੁਨੀਆ ਮੇਰੀ ਧੀ ਨੂੰ ਛੋੜ ਗਈ ਏ, ਤੂੰ ਹੀ ਛੋੜ ਆਏ। ਬਿਲਾਲ ਆਦੇ ਅੱਖ ਜੋ ਖੁੱਲੀਏ ਨਾਲ ਐਨ ਨਹੀਂ ਸੰਭਲੀ, ਜਲਦੀ ਨਾਲ ਜ਼ਹਰਾ ਦੇ ਦਰਵਾਜ਼ੇ 'ਤੇ ਆਏ। ਜਲੇ ਉਹ ਮੁੱਦਤ ਦੇ ਬਾਅਦ ਆਇਆ ਤੇ ਤਤਹੀਰ ਪੜ੍ਹ ਕੇ ਸਲਾਮ ਕੀਤਾਸ, ਬਤੂਲ ਆਪ ਦਰਵਾਜ਼ੇ 'ਤੇ ਆਈਏ, ਪਹਿਲਾ ਪਹਿਲਾ ਲਫ਼ਜ਼ ਆਖੇ, ਚਾਚਾ ਬਿਲਾਲ ਮੇਰੀਆਂ ਪਸਲੀਆਂ ਤਰੁੱਟ ਗਈਆਂ। ਅਜ਼ਰਕੁਮ ਅੱਲਾਹ, ਚਾਚਾ ਬਿਲਾਲ ਮੇਡਾ ਮੋਹਸਿਨ ਮਾਰਾ ਗਏ, ਕੋਈ ਹਮਦਰਦ ਨਜ਼ਰ ਆਇਆ ਇਸ ਤਾਂ ਦਰਦ ਸੁਣੈਂਦੀ ਪਈ ਏ। ਚਾਚਾ ਬਿਲਾਲ ਮੇਡਾ ਘਰ ਜਲ ਗਏ, ਚਾਚਾ ਬਿਲਾਲ ਮਿੰਨਤ ਕਰੇ ਨੀਆਂ ਉਸੇ ਲਹਿਜੇ 'ਚ ਅਜ਼ਾਨ ਸੁਣਾ ਜਿਵੇਂ ਮੇਡੇ ਵਸਦੇ ਵੇਲੇ ਪੜ੍ਹਦਾ ਹਾਂ ਮੈਂ। ਉਹ ਇਸ ਇਲਾਕੇ ਵਾਲਿਓ ਬਿਲਾਲ ਗੁਲਦਸਤੇ ਆਜ਼ਾਨ 'ਤੇ ਆਏ, ਹੁਸੈਨ ਦੀ ਮਾਂ ਮੁਸੱਲੇ 'ਤੇ ਆਈਏ। ਜਿਸ ਵੇਲੇ ਬਿਲਾਲ ਆਖੇ ਨਾ ਅੱਲਾਹ ਅਕਬਰ, ਉਸ ਵੇਲੇ ਬਤੂਲ ਨੂੰ ਵਸਦਾ ਵੇਲਾ ਯਾਦ ਆਇਆ। ਜਿਲੇ ਬਿਲਾਲ ਦੇ ਮੂੰਹ 'ਚ ਨਿਕਲੇ ਨਾ ਅਸ਼ਹਾਦੋ ਅੰਨਾ ਮੁਹੰਮਦ ਅਰ ਰਸੂਲੁੱਲਾਹ, ਜ਼ਹਰਾ ਉੱਚਾ ਵੈਣ ਕਰਕੇ ਆ ਦੀਏ, ਵਾਹ ਅਬਤਾ, ਹਾਏ ਮੇਡਾ ਨਬੀਆਂ ਦਾ ਸੁਲਤਾਨ ਬਾਬਾ। ਬਤੂਲ ਜਣੀਏ, ਹਸਨੈਨ ਮਸਜਿਦ ਦੌੜੇ, ਬਿਲਾਲ ਦੀ ਅਬਾਏ 'ਚ ਹੱਥ ਪਾ ਕੇ ਆ ਦੇਣ, ਉਹ ਸਾਡੇ ਨਾਨੇ ਦਾ ਮੁਅੱਜ਼ਿਨ, ਅਜ਼ਾਨ ਰੋਕ, ਸਾਡੀ ਮਾਂ ਮਰਵੇ ਸੀ ਆ। ਮਰਹਬਾ ਮਰਹਬਾ ਮਰਹਬਾ। ਦੂਜੀ ਅਜ਼ਾਨ ਕੂਫੇ, ਅਜ਼ਾਨ ਦੇਵਣ ਵਾਲਾ ਅਲੀ ਏ, ਸੁਣਨ ਵਾਲੀ ਜ਼ੈਨਬ ਏ। ਮੈਂ ਤਾਕੀਕ ਨਾਲ ਪੜ੍ਹਦਾ ਹੋਣਾ, ਜਿਸ ਵੇਲੇ ਅਲੀ ਗੁਲਦਸਤੇ ਅਜ਼ਾਨ 'ਤੇ 18 ਰਮਜ਼ਾਨ ਦੀ ਰਾਤ ਗੁਜ਼ਾਰ ਕੇ 19 ਰਮਜ਼ਾਨ ਦੀ ਸੁਬਾਹ, ਜਿਲੇ ਅਲੀ ਆਖੇ ਨਾ ਅੱਲਾ, ਕੋਈ ਜਵਾਨ ਅਜ਼ਾਨ ਦੇਵੇ, ਮਾਵਾਂ ਭੈਣਾਂ ਖੁਸ਼ ਹੋਣੀਆਂ,
ਹਮਸਾਇਆਂ ਨੂੰ ਆਦੀਆਂ ਕੰਨ ਲਾ ਕੇ ਸੁਣੋ, ਸਾਡਾ ਜਵਾਨ ਅਜ਼ਾਨ ਵੀ ਅੜੇਂਦਾ। ਮਿੰਬਰ ਦੀ ਕਸਮ ਹੈ, ਜਲੇ ਅਕਬਰ ਅਜ਼ਾਨ ਸ਼ੁਰੂ ਕੀਤੀ ਆਈ, ਫੁੱਫੀਆਂ ਮਾਵਾਂ ਭੈਣਾਂ ਖੁਸ਼ ਨਹੀਂ ਹੋਈਆਂ, ਇੱਕ ਬੈ ਦੇ ਗੱਲ ਲੱਗੀਆਂ, ਕੋਈ ਆਦੀ ਆਈ ਵਾ ਮੁਹੰਮਦ। ਸ਼ਰਮ ਨਾ ਕਰ, ਸ਼ਰਮ ਨਾ ਕਰ, ਮਾਤਮ ਕਰ ਲੈ। ਚੌਥੀ ਅਜ਼ਾਨ ਉਸ ਜਾਤ ਆਈ ਆਈ ਜਿੱਥਾਂ ਜ਼ੈਨਬ ਆਵਣ ਦੇ ਲਾਇਕ ਨਾ ਆਈ। ਜਿਹੜੇ ਜਾਣਦੇ ਹੋ ਤਾਂ ਜਾਣ ਗਏ ਹੋ, ਜਿਹਨਾਂ ਨੂੰ ਸਮਝ ਨਹੀਂ ਆਈ ਸੁਣੋ ਤਾਂ ਰੱਜ ਰੋਵੋ। ਇਸ ਜੁਮਲੇ ਤੂੰ ਪਹਿਲੇ ਦੁਆ ਮੰਗਦਾ ਮੈਂ ਡਾਲਾ, ਸ਼ਾਲਾ ਕੋਈ ਸ਼ਰੀਫ ਜ਼ਾਦੀ ਨਾ ਉਜੜੇ। ਜਿਸ ਵੇਲੇ ਉਜੜ ਗਈ ਅਲੀ ਦੀਦੀ ਚਾਦਰ ਲੈ ਗਈ ਏ, ਫਿਰਾ ਦੇ ਕਾਤਲਾਂ ਦੇ ਨਾਲ ਸਫ਼ਰ ਕੀਤਾ। ਚੌਥੀ ਅਜ਼ਾਨ ਉਸ ਜਾਤ ਸੁਣੀਏ, ਕਿਹੜੀ ਜਾ ਯਜ਼ੀਦ ਦਾ ਦਰਬਾਰ ਆਈ, ਕਮੀਨਾ ਤਖ਼ਤ ਬੈਠਾ। ਅਲੀ ਦੀਆਂ ਧੀਆਂ ਦੇ ਹੱਥਾਂ ਚ ਰੱਸੀਆਂ, ਇਨਵਾਲ ਖੁੱਲੇ ਹੋਏ। ਗੱਲ ਸਮਝਣਾ, ਇੱਕ ਮੀਨਾ ਸ਼ਰਾਬ ਪੀਆ ਪੀਂਦਾ, ਅਲੀ ਦੀ ਧੀ ਤੜਫਦੀ ਪਈ ਆਈ। ਸ਼ਰਾਬ ਪੀਂਦਾ ਰਹੇ, ਅਲੀ ਦੀਆਂ ਧੀਆਂ ਖੜੀਆਂ ਰਹੀਆਂ। ਸ਼ਰਾਬ ਪੀਂਦਾ ਰਹੇ, ਪੁੱਛਦਾ ਰਹੇ, ਉਹ ਸਾਹਮਣੇ ਨਿੱਕੀ ਜਿਹੀ ਬੱਚੀ ਕੌਣ ਹੈ? ਹੱਕਲ ਮਾਰ ਕੇ ਪੁੱਛਦਾ, ਬੱਚੀ ਤੇਰਾ ਨਾਂ ਕਿਆ ਹੈ? ਆਖਰੀ ਜੁਮਲੇ ਮੈਂ ਆਪ ਪੜ੍ਹਾਈ। ਜਿਸ ਵੇਲੇ ਹੁਸੈਨ ਦੀ ਧੀ ਦੋ ਇਸ਼ਾਰਾ ਕੀਤਾ, ਬੱਚੀ ਤੇਰਾ ਨਾਂ ਕਿਆ ਹੈ? ਉਸ ਵੇਲੇ ਤਾਰੀਖ ਹਲਾਦ ਹੈ, ਬੋਲੀ ਤਾਂ ਹੈ, ਸਕੀਨਾ ਦੀ ਆਵਾਜ਼ ਯਜ਼ੀਦ ਤਾਈ ਨਹੀਂ ਪਹੁੰਚੀ। ਇਹ ਕਮੀਨਾ ਦੇ ਸਜਾਦ ਬੱਚੀ ਕਿਉਂ ਨਹੀਂ ਬੁਲੈਂਦੀ? ਸੈਯਦਾ ਦੇ ਬੁਲੈਂਦੀ ਤਾਂ ਗੱਲੇ ਦੀ ਰੱਸੀ ਇਤਨੀ ਤੰਗ ਹੈ, ਇਹਦੀ ਆਵਾਜ਼ ਨਹੀਂ ਨਿਕਲਦੀ। ਧੀਆਂ ਲਿਆ, ਧੀਆਂ ਲਿਆ, ਦੁਆ ਮੰਗੋ ਅੱਲਾ ਧੀਆਂ ਨੂੰ ਯਤੀਮੀ ਤੋਂ ਬਚਾਏ। ਇਹ ਕਮੀਨੇ ਜ਼ਜਰ ਬਿਨ ਕੈਸ ਨੂੰ ਆਖਾਏ, ਵੰਜ ਰੱਸੀ ਢਿੱਲੀ ਕਰ। ਲਫ਼ ਸਮਝੇ, ਜ਼ਜਰ ਇਬਨੇ ਕੈਸ ਤੁਰ ਰਹੇ, ਸਕੀਨਾ ਦੌੜ ਕੇ ਸਜਾਦ ਦੀ ਕੰਡ ਪਿੱਛੋਂ ਆਈ ਹੈ, ਹੌਲੇ ਹੌਲਿਆਂ ਦੀ ਹੈ ਸਜਾਦ। ਇੱਕ ਰੋਕ ਏ ਗੈਰ ਮਾਰਾ ਮੈਂ ਛੋਟੀ ਬਦੂਲਾ, ਮੇਰੀਆਂ ਰੱਸੀਆਂ ਆਪ ਢਿੱਲੀਆਂ ਕਰ। ਜ਼ਜਰ ਬਿਨ ਕੈ ਸਜਾਦ ਦੇ ਹੱਥ ਖੋਲੇ, ਸਜਾਦ ਬੇਣ ਦੀਆਂ ਰੱਸੀਆਂ ਢਿੱਲੀਆਂ ਕੀਤੀਆਂ। ਔਖੇ ਲਫ਼ਜ਼ੇ ਨੂੰ ਸਮਝੇ ਸੇ ਤਾਂ ਬੱਲੇ, ਇਹ ਕਮੀ ਨੇ ਸਵਾਲ ਕੀਤੇ, ਬੱਚੀ ਤੇਰਾ ਨਾਂ ਕਿਆ ਹੈ? ਬੀਬੀ ਆਦੀ ਮੇਰਾ ਨਾਂ ਫਾਤਿਮਾ, ਮੇਰਾ ਬਾਬਾ ਹੁਸੈਨ ਹੈ। ਆਦੇ ਬਾਬਾ ਪਿਆਰ ਕਰੇਂਦਾ ਵੀ ਅਖੋਏ ਨਾ। ਬੀਬੀ ਆਦੀ ਏ ਬਾਬੇ ਨੂੰ ਨੀਂਦਰ ਨਹੀਂ ਆਉਂਦੀ, ਮੈਂ ਕੁਛ ਸਕੂਨ ਨਹੀਂ ਆਉਂਦਾ। ਆਦੇ ਬਾਬਾ ਤੂੰ ਫੜੇਂਦਾ ਵੀ ਅਖੋਏ ਨਾ। ਬੀਬੀ ਆਦੀ ਏ ਦਿਲ ਸਫ਼ਰ ਤੂੰ ਵਲਦਾਈ, ਮੈਡੇ ਕਿਤੇ ਖਜੂਰ ਘਿਰਨਾ ਨਾ। ਇਹ ਕਮੀਨਾ ਦੇ ਮੈਂ ਤੂੰ ਫੜੇਵਾਂ ਕਬੂਲ ਕਰੇ ਸੇ। ਉਸ ਵੇਲੇ ਸਕੀਨਾ ਸਜਾਦ ਤੋਂ ਡਿੱਠਾ ਏ, ਆਦੀ ਏ ਇਮਾਮ ਜ਼ਮਾਨਾ ਏ, ਇਜਾਜ਼ਤ ਦੇ ਇਹ ਕਮੀਨਾ ਜੋ ਆਦਾ ਪੈ ਮੈਂ ਅਮਲ ਕਰ ਲਵਾਂ। ਸੈਯਦਾ ਦੇ ਹਾਂ ਕਰ ਛੋੜ, ਕਬੂਲ ਕਰ ਛੋੜ। ਇਸ ਕਮੀ ਨੇ ਇੱਕ ਥਾਲ ਚਾਇਆ, ਜਿਹਦੇ ਤੇ ਰੁਮਾਲ ਆ। ਆਦੇ ਹਾਂ ਬੱਚੀ ਇਹ ਤੋਹਫ਼ਾ ਕਬੂਲ ਕਰ। ਉਹ ਜਵਾਨਾਂ ਜਲੇ ਸਕੀਨਾ ਥਾਲ ਤੂੰ ਰੁਮਾਲ ਹਟਾਇਆ ਹੈ, ਸਾਹਮਣੇ ਬਾਬੇ ਦਾ ਕੱਪਾ ਹੋਇਆ ਸਰ ਨਜ਼ਰ ਆਇਆ, ਪਿਓ ਦੀਆਂ ਰੱਗਾਂ ਤੇ ਮੂੰਹ ਰੱਖਾ। ਹੌਲੇ ਹੌਲੇ ਆਦੀ ਬਾਬਾ ਤੇਰੀਆਂ ਰੱਗਾਂ ਕਹਿ ਕਬ ਸਯਾਲਮੁਲਜ਼ੀਨ ਜ਼ਲਮੂ ਅਯਮੁਨ ਕਾਲੇ ਬਿਯਨ ਕਾਲੇ ਬੂਨ।